ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਆ? ਆਸ ਕਰਦੇ ਹਾਂ ਸਾਰੇ ਮੇਰੇ ਵੀ ਠੀਕ ਠਾਕ ਹੋਵੋਗੇ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ। ਸੋ ਦੋਸਤੋ, ਅੱਜ ਕੋਈ ਨਿਊਜ਼ ਨਹੀਂ, ਕੋਈ ਖਬਰ ਨਹੀਂ, ਕੋਈ ਪੇਪਰ ਨਹੀਂ, ਕੋਈ ਇਟਲੀ ਦੀ ਖਬਰ ਨਹੀਂ। ਸਾਰੇ ਮੇਰੇ ਵੀਰਾਂ ਨੂੰ, ਮੇਰੇ ਅਤੇ ਮੇਰੇ ਪਰਿਵਾਰ ਵੱਲੋਂ, ਸਾਰੇ ਮੇਰੇ ਚਾਹੁਣ ਵਾਲਿਆਂ ਨੂੰ, ਸਾਰੇ ਆਪਣੇ ਫੈਨ ਫੋਲੋਵਰ ਨੂੰ ਅਤੇ ਸਾਰੇ ਆਪਣੇ ਸਰੋਤਿਆਂ ਨੂੰ ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਅੱਜ ਦਾ ਦਿਨ, ਦੀਵਾਲੀ ਦਾ ਦਿਨ, ਤੁਹਾਡੇ ਵਾਸਤੇ ਖੁਸ਼ੀਆਂ ਖੇੜਿਆਂ ਭਰਿਆ ਹੋਵੇ ਅਤੇ ਤਰੱਕੀਆਂ ਕਰੋ। ਜੋ ਵੀ ਕਾਰੋਬਾਰ ਤੁਸੀਂ ਵਿੱਢੇ ਆ, ਕੰਮ ਕਾਰ ਵਿੱਢੇ ਆ, ਪਰਮਾਤਮਾ ਕਰੇ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜਾਣ। ਅਤੇ ਆਸ ਕਰਦੇ ਹਾਂ ਵੀ ਇਹ ਦੀਵਾਲੀ ਦਾ ਤਿਉਹਾਰ ਤੁਹਾਡੇ ਵਾਸਤੇ ਅਤੇ ਤੁਹਾਡੇ ਪਰਿਵਾਰ ਵਾਸਤੇ ਖੁਸ਼ੀਆਂ ਅਤੇ ਖੇੜਿਆਂ ਭਰਿਆ ਹੋਵੇ। ਸੋ ਦੋਸਤੋ, ਇੰਜੋਏ ਕਰੋ ਅੱਜ ਦਾ ਦਿਨ, ਦੀਵਾਲੀ ਦਾ ਦਿਨ ਆ, ਬੰਦੀ ਛੋੜ ਦਿਵਸ ਦਾ ਦਿਨ ਆ, ਅਤੇ ਇੰਜੋਏ ਕਰੋ ਆਪਣੀ ਫੈਮਿਲੀ ਨਾਲ, ਆਪਣੇ ਪਰਿਵਾਰ ਨਾਲ। ਆਸ ਕਰਦੇ ਹਾਂ ਵੀ ਬਹੁਤ ਵਧੀਆ ਇੰਜੋਏ ਕਰੋਗੇ। ਬਾਕੀ ਸਾਡੀ ਪ੍ਰਦੇਸ਼ ਸੰਘਾਂ ਦੀ ਦੀਵਾਲੀ ਤਾਂ ਤੁਹਾਨੂੰ ਪਤਾ ਹੀ ਆ ਵੀ ਕਿਹੋ ਜਿਹੀ ਹੁੰਦੀ ਆ। ਸਾਡੀ ਦੀਵਾਲੀ ਤਾਂ ਇੱਦਾਂ ਵੀ ਅੱਜ ਸਵੇਰੇ ਵੀ ਕੰਮ 'ਤੇ ਜਾਣਾ, ਦੁਪਹਿਰੇ ਵੀ ਕੰਮ 'ਤੇ ਜਾਣਾ, ਸ਼ਾਮ ਨੂੰ ਵੀ ਕੰਮ 'ਤੇ ਜਾਣਾ। ਵਿੱਚ ਵਿੱਚ ਜਿਹੜੇ ਤਿੰਨ ਤਿੰਨ ਘੰਟੇ ਆ, ਉਸ ਤਿੰਨਾਂ ਘੰਟਿਆਂ ਦੇ ਵਿੱਚ ਅਸੀਂ ਆਪਣੀ ਦੀਵਾਲੀ ਇੰਜੋਏ ਕਰਨੀ ਆ। ਅਤੇ ਜਾਵਾਂਗੇ ਅੱਜ ਗੁਰਦੁਆਰਾ ਸਾਹਿਬ ਵੀ ਜਾਵਾਂਗੇ, ਅਤੇ ਬਾਕੀ ਬੱਚਿਆਂ ਨਾਲ ਵੀ, ਪਰਿਵਾਰ ਨਾਲ ਵੀ ਟਾਈਮ ਸਪੈਂਡ ਕਰਾਂਗੇ। ਬਾਕੀ ਦੀਵਾਲੀ, ਦੁਸਹਿਰੇ, ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਇਹ ਤਿਉਹਾਰ ਆ, ਇਹ ਇੰਡੀਆ ਦੇ ਹਿਸਾਬ ਨਾਲ ਤਿਉਹਾਰ ਹੈਗੇ ਆ। ਆਪਾਂ ਵੀ ਕਹਿੰਦੇ ਵੀ ਬਹੁਤ ਵਧੀਆ ਤਿਉਹਾਰ ਆ, ਬਾਹਰਲੇ ਬੰਦਿਆਂ ਨੂੰ ਬਹੁਤ ਹੀ ਮਿਸ ਕਰਦੇ ਆ ਬਾਹਰਲੇ ਬੰਦੇ ਇਸ ਦਿਨ ਤਿਉਹਾਰਾਂ ਨੂੰ। ਅਤੇ ਪਰ ਜੇਕਰ ਆਪਾਂ ਪਹਿਲਾਂ ਵਾਲਾ ਮਾਹੌਲ, ਅੱਜ ਤੋਂ 5 ਸਾਲ ਪਹਿਲਾਂ ਅਤੇ ਜਾਂ ਅੱਜ ਦਾ ਮਾਹੌਲ ਦੇਖੀਏ ਇੰਡੀਆ ਦੇ ਵਿੱਚ, ਅਤੇ ਇਹਨਾਂ ਤਿਉਹਾਰਾਂ ਦਾ ਜਿਹੜਾ ਮਾਹੌਲ ਹੀ ਬਦਲ ਚੁੱਕਾ, ਕਿਉਂਕਿ ਹੁਣ ਉਹ ਪਰਿਵਾਰਕ ਸਾਂਝਾਂ ਨਹੀਂ ਰਹੀਆਂ ਗੀਆਂ ਪਰਿਵਾਰਾਂ ਦੇ ਵਿੱਚ, ਹੈ ਨਾ। ਅਤੇ ਬਾਕੀ ਤੁਹਾਨੂੰ ਪਤਾ ਹੀ ਆ, ਤੁਸੀਂ ਸਾਰੇ ਸਿਆਣੇ ਆ, ਹੈ ਨਾ। ਅੱਜ ਕੱਲ੍ਹ ਕਹਿ ਦਿੰਦੇ ਆ ਬਈ ਜਿਹੜੇ ਦਿਨ ਤਿਉਹਾਰ ਆ ਇਹ ਉਹ ਜੇ ਨਹੀਂ ਰਹਿ ਗਏ। ਲੋਕ ਪਹਿਲਾਂ ਹੁੰਦਾ ਸੀਗਾ ਵੀ ਇਕੱਠੇ ਹੋ ਕੇ ਇੰਜੋਏ ਕਰਦੇ ਸੀ, ਇਕੱਠੇ ਹੋ ਕੇ ਦੀਵਾਲੀ ਦੁਸਹਿਰੇ ਮਨਾਉਂਦੇ ਸੀ, ਸਾਰਾ ਕੁਛ ਮਨਾਉਂਦੇ ਸੀ। ਪਰ ਅੱਜ ਕੱਲ੍ਹ ਤਾਂ ਲੋਕੀ ਅੱਜ ਕੱਲ੍ਹ ਮਾਹੌਲ ਹੀ ਇਹੋ ਜਿਹਾ ਹੋ ਗਿਆ ਵੀ ਬਾਹਰ ਨਿਕਲਣ ਦਾ ਟਾਈਮ ਨਹੀਂ ਰਹਿ ਗਿਆ। ਆਪਾਂ ਆਪਣੇ ਘਰਾਂ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਹੀ ਇੰਜੋਏ ਕਰਦੇ ਆ। ਅਤੇ ਸੋ ਸਹੀ ਆ ਦੋਸਤੋ, ਵੀ ਸੇਫ, ਹੈ ਨਾ। ਅਤੇ ਅੱਜ ਕੱਲ੍ਹ ਮਾਹੌਲ ਜੋ ਜਿਹਾ ਹੈਗਾ, ਉਸ ਮਾਹੌਲ ਦੇ ਹਿਸਾਬ ਨਾਲ ਚੱਲਣਾ ਚਾਹੀਦਾ। ਬਾਕੀ ਚਲੋ ਸਹੀ ਆ, ਇੰਜੋਏ ਕਰੋ ਦੋਸਤੋ ਅੱਜ ਦੀਵਾਲੀ ਦਾ ਦਿਨ ਆ। ਅਤੇ ਖਬਰਾਂ ਤਾਂ ਆਪਾਂ ਡੇਲੀ ਲੈ ਕੇ ਆਉਂਦੇ ਰਹਿੰਦੇ ਹਾਂ, ਨਿਊਜ਼ ਤਾਂ ਆਉਂਦੀਆਂ ਰਹਿੰਦੀਆਂ ਆਪਣੀਆਂ। ਅਤੇ ਸਾਰੇ ਮੇਰੇ ਵੀਰਾਂ ਨੂੰ ਫਿਰ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਸਤਿ ਸ਼੍ਰੀ ਅਕਾਲ, ਰੱਬ ਰਾਖਾ, ਧੰਨਵਾਦ।